¡Cañando una lucada en los días, hermano! ¡Hombre, la gripe, maíz! ¡Hasta me ha lucado, hermano! ¡Ha lucado, hasta me ha lucado, hermano! Audio Jungle. मैं कल तो दुख दूर ही फसिया हाँ जी हाँ जी जसविंदर सिंह ਦੇ ਪਿਤਾ ਦਾ ਨਾਮ ਕਿੱਥੇ ਹੋਇਆ ਕਿੱਥੇ ਹੋਰ ਨੇ ਹੋਇਆ ਜੀ ਪੁਲ ਤੇ ਅੱਛਾ ਕਾਤੇ ਸੀ ਮੋਟਰਸਾਈਕਲ ਤੇ ਨਾਲ ਕੌਣ ਸੀ ਨਾਲ ਆ ਪਾਪਾ ਸੀ ਬਾ ਇੱਥੇ ਕਾ ਪਾਪਾ ਕਿੱਥੇ ਜਾ ਰਹੇ ਕਿੱਥੇ ਕਦੋਂ ਕਿੰਨੇ ਹੋਇਆ ਆਸਾ ਬਾਪੇ ਟਾਈਮ ਮੈਨੂੰ ਪਤਾ ਮੈਂ ਪਹਿਲਾਂ ਚਲਿਆ ਗਿਆ ਸੀ ਵਿਆਹਿਆ ਹੋਇਆ ਜੀ ਕਿੰਨੇ ਵਿੱਚ ਨਹੀਂ ਗੁੱਡੀ ਹੈ ਇੱਕ ਜੀ ਅੱਛਾ ਜੀ ਕੀ ਨਾਮ ਹੈ ਜੀ ਤੁਹਾਡਾ ਸੰਦੀਪ ਸਿੰਘ ਹੈ ਜੀ ਸੰਦੀਪ ਜੀ ਕੀ ਹੋਇਆ ਜਿਹੜਾ ਵਾਕਿਆ ਹੋਇਆ ਇਹ ਪੁਲ ਦੇ ਬੀਜੇ ਵਾਲਾ ਪੁਲ ਆਉਣਾ ਜੀ ਉਹਦੇ ਉੱਪਰ ਜੀ ਜਾ ਰਹੇ ਸੀਗੇ 30 ਦੀ ਸਪੀਡ ਹੋਏਗੀ ਚੈਨ ਵਾਲੀ ਡੋਰ ਉਹ ਮੁੰਡੇ ਦੇ ਜਦੋਂ ਲੱਗਣੀ ਸੀ ਉਹਨੇ ਪਹਿਲਾਂ ਹੱਥ ਨਾਲ ਰੋਕੀ ਉਹ ਸਲਿੱਪ ਹੋ ਕੇ ਗਰਦਨ ਦੇ ਵਿੱਚ ਵੜ ਗਈ ਤੇ ਉੱਧਰੋਂ ਦੂਸਰੇ ਪਾਸਿਓਂ ਕੋਈ ਡੋਰ ਨੂੰ ਖਿੱਚ ਰਿਹਾ ਸੀ ਉਹਦੇ ਕਰਕੇ ਜਮੇ ਚੀਰਾ ਪੈ ਗਿਆ ਜੀ ਕੰਮ ਉੱਥੇ ਜਿਹੜੇ ਹੋ ਸੀ ਇਹ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਸਾਰਾ ਕੁਛ ਹੈ ਨਾ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਸਰਕਾਰ ਵੱਲੋਂ ਕੁਛ ਨਾ ਕੁਛ ਮੁਆਵਜ਼ਾ ਉਹਨਾਂ ਦੀ ਫੈਮਿਲੀ ਨੂੰ ਦੇਣਾ ਚਾਹੀਦਾ ਹੈ 4 ਸਾਲ ਦੀ ਉਹਦੀ ਬੇਟੀ ਆ ਹੋਰ ਕਮਾਉਣ ਵਾਲਾ ਕੋਈ ਨਹੀਂ ਹੈ ਸਰਕਾਰ ਨੂੰ ਇਹ ਅਪੀਲ ਆ ਵੀ ਉਹਨਾਂ ਨੂੰ ਬਣਦੀ ਵੀ ਕੋਈ ਉਹਨਾਂ ਦੀ ਮਦਦ ਕਰਨੀ ਚਾਹੀਦੀ ਮੁੰਡਾ ਇਕੱਲਾ ਇਕੱਲਾ ਹਾਂਜੀ ਇਕੱਲਾ ਇਕੱਲਾ ਮੁੰਡਾ ਸੀਗਾ 4 ਸਾਲ ਦੀ ਬੇਟੀ ਆ ਮਾਂ ਬਾਪ ਬਜ਼ੁਰਗ ਨੇ ਕਮਾਉਣ ਵਾਲਾ ਕੋਈ ਹੈ ਨਹੀਂ ਬਿਜਲੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਜੀ ਆਪਣੀ ਭੈਣ ਕੋਲੇ ਗਿਆ ਸੀਗਾ ਜੀ ਪੌਰਲੇ ਅੱਛਾ ਜੀ ਤੇ ਉੱਥੋਂ ਆ ਰਿਹਾ ਸੀਗਾ ਜੀ ਵਾਪਸ ਤੇ ਆਉਂਦੇ ਆਉਂਦੇ ਇਹਨਾਂ ਦੇ ਪੁਲ ਦੇ ਤੇ ਕਹਿੰਦੇ ਵੀ ਡੋਰ ਫਸ ਗਈ ਅਜੇ ਤਾਂ ਸਾਨੂੰ ਤਾਂ ਯਾਨੀ ਕਿ ਬਾਅਦ 'ਚ ਪਤਾ ਹੀ ਲੱਗਿਆ ਕਹਿੰਦੇ ਵੀ ਆਹ ਗੱਲ ਹੋ ਗਈ ਵੀ ਅਸੀਂ ਫਿਰ ਆਏ ਜਿਹੜੇ ਇੱਥੇ ਹੀ ਸਾਡੇ ਆਉਂਦੇ ਨੂੰ ਜਾਂਦੇ ਕਿਹੜੇ ਪੁਲ ਕੋਲ ਹੋਇਆ ਇਹ ਆਪਣੇ ਜਿਹੜਾ ਜੀ ਪੌਰਲੇ ਉਹ ਪੁਲ ਜੀ ਰੇਲਵੇ ਟ੍ਰੇਨ ਵਾਲਾ ਜੀ ਕਿੰਨੇ ਜਾਣੇ ਸਵਾਰ ਸੀ ਮੋਟਰਸਾਈਕਲ ਇਹ 2 ਜਾਣੇ ਸੀਗੇ ਜੀ ਤੇ ਇਹਨਾਂ ਦੀ ਕੀ ਮੌਕੇ ਤੇ ਮੌਕੇ ਤੇ ਹੁਣ ਇਹ ਨਹੀਂ ਪਤਾ ਜੀ ਮੌਕੇ 'ਚ ਹੋਈ ਆ ਜਾਂ ਕਿਵੇਂ ਹੋਈ ਆ ਸਾਨੂੰ ਜਾਣ ਕੇ ਫੋਨ ਆਇਆ ਵੀ ਰਸਤੇ 'ਚ ਹੋਈ ਆ ਕਹਿਣ ਤੋਂ ਬਾਅਦ ਜਿਹੜਾ ਨਾਲ ਬੰਦਾ ਬੈਠੇ ਨਾਲ ਉਹ ਠੀਕ ਹੈ ਬੰਦਾ ਨਾਲ ਉਹ ਠੀਕ ਹੈ ਉਹ ਕਿੰਨੀ ਉਮਰ ਦਾ ਸੀਗਾ ਜੀ ਉਹ ਹੋਊਗਾ ਜੀ ਘੱਟੋ ਘੱਟ 23-24 ਸਾਲ ਦਾ ਹੋਊਗਾ ਆਏ ਮੈਂ ਦੇਖ
ਆਜੋ ਭਾਈ ਜੋ ਉੱਥੇ